ਸਤਿ ਸ਼੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਚਰਚਾ ਕਰ ਰਹੇ ਹਾਂ ਕਿ ਸ਼ੁੱਕਰਵਾਰ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਸਤਲੁਜ ਜਮਨਾ ਲਿੰਕ ਨਾਲ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਇੱਕ ਪੈਨਲ ਡਿਸਕਸ਼ਨ ਕਲੋ ਜਾਂ ਇੱਕ ਸੈਮੀਨਾਰ ਵਰਗੀ ਬੈਠਕ ਕੀਤੀ ਗਈ ਔਰ ਉਸ ਬੈਠਕ ਵਿੱਚ ਉਹ ਸਾਰੇ ਪੰਜਾਬ ਦੇ ਲੀਡਰ ਜਿਨ੍ਹਾਂ ਨੇ ਸਤਲੁਜ ਜਮਨਾ ਲਿੰਕ ਨਾਲ ਨੂੰ ਅਸਲੀਅਤ ਦੇਣ ਦੇ ਵਿੱਚ ਪੰਜਾਬ ਨਾਲ ਧਰੋਹ ਕੁਮਾਇਆ ਉਹਨਾਂ ਪਾਰਟੀਆਂ ਦੇ ਲੀਡਰ ਵੀ ਸ਼ੁੱਕਰਵਾਰ ਵਾਲੀ ਇਸ ਪੈਨਲ ਡਿਸੈਸ਼ਨ ਵਿੱਚ ਬੇਸ਼ਰਮ ਹੋ ਕੇ ਹਾਜ਼ਰ ਹੋ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਇਹ ਜੋ ਸਿਆਸੀ ਲੋਕ ਹਾਜ਼ਰ ਹੋਏ ਉਹਨਾਂ ਵਿੱਚ ਜੋ ਸਿਰਕੜਡ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਨਾਲ ਧਰੋਹ ਕਮਾਇਆ ਉਹਨਾਂ ਦੇ ਮੁਖੀ ਲੀਡਰ ਤੇ ਸੀ ਨਹੀਂ ਇਹ ਕਾਰਨ ਇਹ ਵੀ ਸੀ ਅਮਰਿੰਦਰ ਰਾਜਾ ਵੜਿੰਗ ਜੋ ਕਾਂਗਰਸ ਦੇ ਪ੍ਰਧਾਨ ਹਨ ਉਹ ਕਿਹੜੇ ਮੂੰਹ ਨਾਲ ਕਹਿੰਦੇ ਕਿ ਬਈ ਇਹ ਜਿਹੜੀ ਪਾਣੀਆਂ ਦੀ ਵੰਡ ਸੀ ਇਹ ਗਲਤ ਸੀ ਔਰ ਇੰਦਰਾ ਗਾਂਧੀ ਦੀ ਆ ਪੁੱਤਰੀ ਹ ਮਾਕਤ ਸੀ ਜਿਸ ਉੱਪਰ ਸਾਰੇ ਪੰਜਾਬ ਦੇ ਕਾਂਗਰਸੀਆਂ ਨੇ ਫੁੱਲ ਜੜਾਏ ਬੜੀ ਚੰਗੀ ਗੱਲ ਇਹ ਸੀ ਕਿ ਸ਼ਰਮਿੰਦਗੀ ਤੋਂ ਬਚਣ ਲਈ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੀ ਨਹੀਂ ਆਏ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਵੀ ਨਹੀਂ ਆਏ ਸੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਹਨ ਭਗਵੰਤ ਮਾਨ ਜੀ ਉਹਨਾਂ ਨੇ ਤੇ ਆਣਾ ਹੀ ਨਹੀਂ ਸੀ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਇੱਕ ਸਰਬ ਪਾਰਟੀ ਜੋ ਡਿਸਕਸ਼ਨ ਪਏ ਯੂਜ਼ ਲੁਧਿਆਣੇ ਪਹਿਲੀ ਨਵੰਬਰ ਨੂੰ ਬੁਲਾਈ ਹੈ ਉਸ ਵਿੱਚ ਉਹਨਾਂ ਨੇ ਸਭ ਨੂੰ ਨਿਯੋਤਾ ਦਿੱਤਾ ਪਰ ਸਾਰੀਆਂ ਪਾਰਟੀਆਂ ਨੇ ਤਾਂ ਮੈਂ ਨਹੀਂ ਕਹਾਂਗਾ ਪਰ ਬਹੁਤੇ ਲੀਡਰਾਂ ਨੇ ਕਾਂਗਰਸੀਆਂ ਤੇ ਅਕਾਲੀਆਂ ਨੇ ਇਹ ਕਿਹਾ ਕਿ ਉਹ ਉਸ ਡਿਬੇਟ ਵਿੱਚ ਨਹੀਂ ਜਾਣਗੇ ਉਹਦਾ ਕੁਝ ਕਾਰਨ ਹੀ ਹੈ ਜੇ ਤੁਹਾਡੇ ਦਿਲ ਕਪਟੇ ਹਨ ਤੁਹਾਡੇ ਅੰਦਰ ਉਹ ਗੱਲ ਹਲੇ ਵੀ ਜਿੰਦੀ ਹੈ ਕਿ ਤੁਸੀਂ ਪੰਜਾਬ ਨਾਲ ਧਰੋਹ ਕੁਮਾਇਆ ਹੈ ਤਾਂ ਫਿਰ ਤੁਸੀਂ ਉਸ ਬੈਸ ਵਿੱਚ ਕੀ ਕਰਨ ਜਾਓਗੇ ਉਥੇ ਤੇ ਤੁਹਾਨੂੰ ਸ਼ੀਸ਼ਾ ਵਿਖਾਇਆ ਜਾਏਗਾ ਤੁਹਾਡੀਆਂ ਕਾਲੀਆਂ ਕਰਤੂਤਾਂ ਦਾ ਉਹ ਸ਼ੀਸ਼ਾ ਕੋਈ ਵੀ ਨਹੀਂ ਦੇਖਣਾ ਚਾਹੁੰਦਾ ਇਸ ਲਈ ਹਰ ਕੋਈ ਇਹ ਕਹਿ ਰਿਹਾ ਹੈ ਕਿ ਭਗਵੰਤ ਮਾਨ ਜੀ ਨੂੰ ਇਹ ਡਿਬੇਟ ਨਹੀਂ ਕਰਾਣੀ ਚਾਹੀਦੀ ਔਰ ਐਕਸ ਕੇਂਦਰ ਦੇ ਮੰਤਰੀ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂ ਵਾਲੀਆ ਜੀ ਤਾਂ ਇਸ ਹੱਦ ਤੱਕ ਚਲੇ ਗਏ ਕਿ ਉਹਨਾਂ ਨੇ ਇਸ ਪੈਨਲ ਡਿਸਕਸ਼ਨ ਵਿੱਚ ਵੀ ਆਪਣਾ ਭਾਸ਼ਣ ਠੋਕਿਆ ਅਤੇ ਮੁੜ ਕੇ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਕਿ ਪਹਿਲੀ ਨਵੰਬਰ ਵਾਲੀ ਜਿਹੜੀ ਡਿਬੇਟ ਹੈ ਉਸ ਨੂੰ ਕੈਨਸਲ ਕੀਤਾ ਜਾਏ ਖਾਰਜ ਕੀਤਾ ਜਾਏ ਕਿਉਂਕਿ ਉਹਦੇ ਨਾਲ ਚਿੱਕੜ ਇਹ ਉਹਨਾਂ ਦੇ ਸ਼ਬਦ ਹਨ ਕਿ ਉਹਦੇ ਨਾਲ ਇੱਕ ਦੂਜੇ ਤੇ ਚਿੱਕੜ ਨਾਲ ਭਰ ਕੇ ਕੜਾਈਆਂ ਸਟੀਆਂ ਜਾਣਗੀਆਂ। ਔਰ ਪੰਜਾਬ ਦਾ ਮਾਹੌਲ ਖਰਾਬ ਹੋਏ ਵਾਸਤੇ ਸਾਰੇ ਦੇਸ਼ ਵਿੱਚ ਪੰਜਾਬੀਆਂ ਦੀ ਬੇਇੱਜ਼ਤੀ ਹੋਏਗੀ। ਜਾਲੀ ਕਿ ਪੰਜਾਬ ਦੇ ਮਸਲਿਆਂ ਨੂੰ ਡਿਸਕਰਸ ਕਰਨ ਵਿੱਚ ਬਲਵੰਤ ਸਿੰਘ ਰਾਮੂ ਵਾਲੀ ਨੂੰ ਬੇਇੱਜ਼ਤੀ ਲੱਗਦੀ। ਮੈਂ ਬੜਾ ਸਪਸ਼ਟਾਂ ਕਿ ਇਹ ਕਾਨਫਰੰਸ ਨਹੀਂ ਸੀ ਹੋਣੀ ਚਾਹੀਦੀ ਜਿਹੜੀ ਪੰਜਾਬ ਯੂਨੀਵਰਸਿਟੀ ਚ ਕੀਤੀ ਗਈ ਹਾਲਾਂਕਿ ਜਿਨ੍ਹਾਂ ਦਾ ਇਹ ਉਦਦਮ ਸੀ ਉਹਨਾਂ ਦਾ ਉਦਦਮ ਚੰਗਾ ਸੀਗਾ ਇਹ ਸਾਰਤੀ ਐਨਜੀਓ ਹੈ ਔਰ ਪ੍ਰਗਟ ਸਿੰਘ ਜੋ ਕਾਂਗਰਸ ਦੇ ਐਮਐਲਏ ਹਨ ਉਹਨਾਂ ਦੇ ਉਦਦਮ ਸਦਕਾ ਇਹ ਅਰੇਂਜ ਕੀਤੀ ਗਈ ਸੀ ਕਿਉਂਕਿ ਇਹ ਹੋਣੀ ਚਾਹੀਦੀ ਸੀ ਪਹਿਲੀ ਤਰੀਕ ਨੂੰ ਜੋ ਮੁੱਖ ਮੰਤਰੀ ਦੀ ਕਾਨਫਰੰਸ ਹੈ ਉਸ ਤੋਂ ਬਾਅਦ ਜੇਕਰ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਵਿੱਚ ਕੁਝ ਨਿਕਲਦਾ ਨਾ ਤਾਂ ਫਿਰ ਅਜਿਹੀ ਪ੍ਰੈਸ ਕਾਨਫਰੰਸ ਦੀ ਲੋੜ ਸੀ ਸੁਖਵੀਰ ਬਾਦਲ ਨੇ ਤਾਂ ਪਹਿਲੇ ਹੀ ਕਹਿ ਤਾ ਕਿ ਉਹ ਪਹਿਲੀ ਤਰੀਕ ਕਪੂਰੀ ਜਾ ਕੇ ਧਰਨਾ ਦੇਣਗੇ ਉਥੇ ਪ੍ਰਦਰਸ਼ਨ ਕਰਨਗੇ ਪ੍ਰੋਟੈਸਟ ਕਰਨਗੇ ਜਿੱਥੇ ਕਿ ਇੰਦਰਾ ਗਾਂਧੀ ਨੇ ਟੱਕ ਲਾਇਆ ਸੀ ਸੋ ਉਹਨਾਂ ਦਾ ਵੀ ਜੋ ਟੰਗ ਤਰੀਕਾ ਹੈ ਉਹ ਹੈ ਕਿ ਸ਼ਰਮਿੰਦਗੀ ਨੂੰ ਨਾ ਸਾਹਮਣੇ ਫੇਸ ਕੀਤਾ ਜਾਏ ਉਹਨਾਂ ਦੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਮੁੱਖ ਮੰਤਰੀ ਦੇਵੀ ਲਾਲ ਹਰਿਆਣੇ ਤੋਂ 2 ਕਰੋੜ ਦਾ ਚੈੱਕ ਬਿਆਨੇ ਦੇ ਰੂਪ ਵਿੱਚ ਪੰਜਾਬ ਸਰਕਾਰ ਦੀ ਟ੍ਰੇਰੀ ਚ ਜਮ੍ਹਾਂ ਕਰਾਇਆ ਉਸ ਦਾ ਉਦੇਸ਼ ਕੀ ਸੀ ਕਿ ਅਸੀਂ ਜਲਦੀ ਤੋਂ ਜਲਦੀ ਸਤਲੁਜ ਜਮਨਾ ਲਿੰਕ ਨਾਲ ਬਣਾਵਾਂਗੇ ਅਤੇ ਉਹਨਾਂ ਦੇ ਸਮੇਂ ਵਿੱਚ ਬਣਨੀ ਵੀ ਸ਼ੁਰੂ ਹੋ ਗਈ ਜ਼ਮੀਨ ਵੀ ਅਕਵਾਇਰ ਕੀਤੀ ਗਈ ਸੋ ਇਹ ਜਿਹੜੀ ਇਹ ਸਾਰੀ ਚਰਚਾ ਇਹਦੇ ਵਿੱਚ ਸੁਨੀਲ ਜਾਖੜ ਜੋ ਭਾਜਪੀ ਦੇ ਸਟੇਟ ਦੇ ਪ੍ਰਧਾਨ ਹਨ ਉਹ ਪਹੁੰਚੇ ਹੋਏ ਸੀ ਉਹਨਾਂ ਨੇ ਵੀ ਉਹੀ ਗੱਲ ਕਹੀ ਜਿਹੜੀ ਗੱਲ ਦੁਨੀਆ ਭਰ ਦੇ ਲੋਕ ਕਹਿੰਦੇ ਕਿ ਜਿਹੜੀ ਪਾਣੀਆਂ ਦੀ ਵੰਡ ਹੁੰਦੀ ਹੈ ਇੱਕ ਵਿਸ਼ ਪਦਰਤੇ ਸਥਾਪਿਤ ਕਬੂਲਿਆ ਹੋਇਆ ਫਾਰਮੂਲਾ ਹੈ ਕਿ ਰਿਪੇਰੀਅਨ ਫਾਰਮੂਲਾ ਜਿਸ ਸਟੇਟ ਵਿੱਚ ਦਰਿਆ ਗਿਰਦੇ ਹਨ ਸਭ ਤੋਂ ਪਹਿਲੇ ਉਹਦਾ ਹੱਕ ਹੈ ਸੋ ਇਹ ਜੋ ਸਾਰਾ ਕੁਝ ਉੱਥੇ ਡਿਸਕਸ ਕੀਤਾ ਗਿਆ ਹੈ ਬੜੇ ਵਿਦਵਾਨ ਲੋਕ ਸੀਗੇ ਮੈਂ ਕੋਈ ਬਹੁਤੇ ਅਜੀਬ ਕਮੈਂਟਰੀ ਨਹੀਂ ਕਰਨਾ ਚਾਹੁੰਦਾ ਕਿ ਜੇਤੇ ਨਾਲ ਉਹਨਾਂ ਦੀ ਨਰਾਦਰੀ ਹੋਏ ਪਰ ਮੈਂ ਇਹ ਕਹਿਣਾ ਚਾਹੁੰਦਾ ਇਸ ਕਾਨਫਰੰਸ ਰਾਈ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਦਾ ਜੋ ਯਤਨ ਸੀ ਉਹ ਇਹ ਸੀ ਕਿ 1 ਨਵੰਬਰ ਰਹੀ ਹੋ ਰਹੀ ਪੰਜਾਬ ਸਰਕਾਰ ਵੱਲੋਂ ਕਾਨਫਰੰਸ ਦੇ ਪ੍ਰਭਾਵ ਨੂੰ ਠਿੱਕਾ ਪਾਇਆ ਜਾਏ ਉਸੋ ਕਿੰਨੇ ਕੁ ਕਾਮਯਾਬ ਹੋਏ ਇਹ ਤਾਂ ਪਹਿਲੀ ਤਰੀਕ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਹਦੇ ਵਿੱਚ ਜਿਹੜੇ ਪਾਰਟੀਆਂ ਦੇ ਸਿਆਸੀ ਲੀਡਰ ਸੀ ਯਾਨੀ ਜਿਨ੍ਹਾਂ ਨੂੰ ਕਈਆਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਕੋਈ ਬਹੁਤ ਅੱਛਾ ਰੁਤਬਾ ਨਹੀਂ ਰੱਖਦੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਉਹਨਾਂ ਦੀ ਕੋਈ ਬੋਚੀ ਉੱਚੀ ਥਾਂ ਨਹੀਂ ਹੈਗੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਪਰ ਮੈਂ ਇੱਕ ਦੋ ਨਾਂ ਲੈ ਵੀ ਦੇਣਾ ਜਿਵੇਂ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੋ ਸੁਖਵੀਰ ਬਾਦਲ ਦੇ ਉਹ ਰਿਸ਼ਤੇਦਾਰ ਹਨ ਉਹਨਾਂ ਦੀ ਬੀਵੀ ਦੇ ਭਰਾ ਹਨ ਉਹਨਾਂ ਦਾ ਪੰਜਾਬ ਦੇ ਮਸਲਿਆਂ ਤੇ ਕੀ ਪ੍ਰਭਾਵ ਹੋ ਸਕਦਾ ਉਹਨਾਂ ਨੇ ਹਰ ਮਸਲੇ ਤੇ ਬੋਲਣਾ ਹੁੰਦਾ ਤੇ ਸੁਰਖੀਆਂ ਦੇ ਵਿੱਚ ਜਾਣਾ ਹੁੰਦਾ ਸੋ ਕੱਲ ਵਾਲੀ ਕਾਨਫਰੰਸ ਵਿੱਚ ਕੁਲ ਮਿਲਾ ਕੇ ਜੋ ਨਿਚੋੜ ਨਿਕਲਿਆ ਉਹ ਇਹ ਨਿਕਲਿਆ ਕਿ ਪੰਜਾਬ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਅਤੇ ਪੰਜਾਬ ਦੇ ਉੱਪਰ ਰਿਪੀਰੀਅਨ ਫਾਰਮੂਲਾ ਲਾਗੂ ਹੋਣਾ ਚਾਹੀਦਾ ਜਾਨੀ 1982 ਵਿੱਚ ਇੰਦਰਾ ਗਾਂਧੀ ਨੇ ਟੱਕ ਲਾਇਆ ਜਿਸ ਟੱਕ ਉਤੇ ਕੈਪਟਨ ਅਮਿੰਦਰ ਸਿੰਘ ਜੋ ਦੋ ਵਾਰੀ ਪੰਜਾਬ ਚੀਫ ਮਿਨਿਸਟਰ ਰਹੇ ਉਹਨਾਂ ਦਾ ਪਰਿਵਾਰ ਸੀਗਾ ਪਹੁੰਚਿਆ ਆਇਆ ਅਤੇ ਉਹ ਉੱਥੇ ਚਾਂਦੀ ਦੀ ਕੱਸੀ ਲੈ ਕੇ ਗਏ ਸਪੈਸ਼ਲ ਬਣਵਾਈ ਗਈ ਇੰਦਰਾ ਗਾਂਧੀ ਜੀ ਤੋਂ ਟੱਕ ਲਵਾਉਣ ਲਈ ਕਪੂਰੀ ਵਿਖੇ ਹੁਣ ਤੁਸੀਂ ਇਸ ਮਾਨਸਿਕਤਾ ਨੂੰ ਦੇਖੋ ਵੀ ਜਦ ਤੁਸੀਂ ਕਾਂਗਰਸੀਆਂ ਨੇ ਪੰਜਾਬ ਦਾ ਤ੍ਰੋ ਕੁਮਾਇਆ ਲੋਕ ਤਾਂ ਕਹਿੰਦੇ ਆ ਇਹਨਾਂ ਨੂੰ ਗद्दार ਕਹੋ ਪਰ ਮੈਂ ਗद्दार ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਜਿਹੜੀਆਂ ਪਹਿਲੇ ਵੀਡੀਓ ਕੀਤੀਆਂ ਐਸਵਾਈਐਲ ਤੇ ਉਹਦੇ ਥੱਲੇ ਲੋਕਾਂ ਨੇ ਕਮੈਂਟ ਦਿੱਤੇ ਕਿ ਇਹ ਲੋਗ ਗਦਾਰ ਹਨ ਪਰ ਮੈਂ ਗਦਾਰ ਨਹੀਂ ਕਹਿਣਾ ਚਾਹੁੰਦਾ ਇਹ ਲੋਕਾਂ ਦਾ ਵਿਚਾਰ ਹੈ ਲੋਕ ਆਪਣਾ ਵਿਚਾਰ ਜਿਹੜਾ ਉਹ ਉੱਥੇ ਹੀ ਰਹੇ ਲੋਕਾਂ ਚ ਰਹੇ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਨ੍ਹਾਂ ਲੋਕਾਂ ਨੇ ਧੋਖਾ ਕਮਾਇਆ ਉਹ ਕੀ ਡਿਸਕਸ ਕਰਨਗੇ ਉਹਨਾਂ ਕੋਲ ਨਵੀਂ ਗੱਲ ਕਿਹੜੀ ਹੈ ਜਦੋਂ ਇਹ ਨਹਿਰ ਦਾ ਨੀ ਪੱਥਰ ਰੱਖਿਆ ਸੀ ਤਾਂ ਬਲਰਾਮ ਜਾਖੜ ਜੋ ਸੁਨੀਲ ਜਾਖੜ ਦੇ ਪਿਤਾ ਜੀ ਹਨ ਉਹ ਕਾਂਗਰਸ ਚ ਹੀ ਸੀ ਉਹ ਪੰਜਾਬ ਤੋਂ ਹੀ ਜਿੱਤ ਕੇ ਸਪੀਕਰ ਬਣੇ ਹੋਏ ਸੀ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਵਿਰੁੱਧ ਹੀ ਉਹਨਾਂ ਨੇ ਫੈਸਲੇ ਵਿੱਚ ਹਿੱਸਾ ਲਿਆ ਉਹਨਾਂ ਨੇ ਹਾਂ ਦਾ ਨਾਰਾ ਵੀ ਨਹੀਂ ਮਾਰਿਆ ਅੱਜ ਸੁਨੀਲ ਜਾਖੜ ਕਿਹੜੇ ਮੂੰਹ ਨਾਲ ਭਾਜਪੀ ਦੇ ਮੁਖੀ ਬਣ ਕੇ ਸਟੇਟ ਪਾਰਟੀ ਦੇ ਇਹ ਕਹਿੰਦੇ ਹਨ ਕਿ ਵੀ ਪਾਣੀ ਜਿਹੜਾ ਇਹਦੀ ਜਿਹੜਾ ਵਟਵਾਰਾ ਹੋਣਾ ਚਾਹੀਦੀ ਸੀ ਦੀ ਜਿਹੜੀ ਵੰਡ ਹੋਣੀ ਚਾਹੀਦੀ ਹੈ ਹੁਣ ਮਸਲਾ ਵੰਡ ਦਾ ਨਹੀਂ ਹੈਗਾ ਵੰਡ ਤਾਂ ਹੋ ਚੁੱਕੀ ਹੈ ਹੁਣ ਤਾਂ ਮਸਲਾ ਇਹ ਹੈ ਕਿ ਸੁਪਰੀਮ ਕੋਰਟ ਕਹਿੰਦਾ ਹੈ ਸਰਵੇ ਕਰੋ ਕਿਸੇ ਵੀ ਲੀਡਰ ਨੇ ਇਹ ਨਹੀਂ ਕਿਹਾ ਵੀ ਸਰਵੇ ਨਹੀਂ ਹੋਣਾ ਚਾਹੀਦਾ ਕਿਸੇ ਵੀ ਲੀਡਰ ਨੇ ਇਹ ਨਹੀਂ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਮਨਜ਼ੂਰ ਨਹੀਂ ਇਹ ਫੈਸਲਾ ਪੰਜਾਬ ਦੇ ਹੱਕਾਂ ਉੱਪਰ ਛਾਪਾ ਮਾਰਨ ਦੀ ਕਾਨੂੰਨੀ ਛਤਰੀ ਬਣਦਾ ਹੈ ਕਿਤਨੇ ਹੀ ਕਮਿਸ਼ਨ ਬੈਠ ਗਏ ਕਿਤਨੇ ਹੀ ਹੋ ਗਏ ਸੋ ਹਲੇ ਤੱਕ ਪੰਜਾਬ ਦਾ ਪਾਣੀਆਂ ਦਾ ਮਸਲਾ ਉੱਥੇ ਦਾ ਉੱਥੇ ਖੜਾ ਸੋ ਸਾਰਾ ਜਿਹੜੀ ਖੇਡ ਹੈ ਉਹ ਇਹ ਹੈ ਕਿ ਪੰਜਾਬ ਨੂੰ ਕਾਰਨਰ ਕਰ ਲੋ ਤੇ ਪੰਜਾਬ ਦਾ ਜਿਹੜਾ ਪਾਣੀ ਬੀਕਾਨੇਰ ਕਨਾਲ ਵਿੱਚ ਫ੍ਰੀ ਜਾ ਰਿਹਾ ਉਸ ਨੂੰ ਜਾਣ ਦਿਓ ਤਰੰबीर ਗਾਂਧੀ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਆਮ ਆਦਮੀ ਪਾਰਟੀ ਦੇ ਲੀਡਰ ਨੇ ਇਹ ਸਵਾਲ ਉਠਾਇਆ ਉਹਨਾਂ ਨੇ ਕਿ ਤੁਸੀਂ ਬੀਕਾਨੇਰ ਕਨਾਲ ਦਾ ਪਾਣੀ ਬੰਦ ਕਰ ਦਿਓ ਆਪੇ ਮਸਲਾ ਮੁੜ ਫੋਕਸ ਵਿੱਚ ਹੋ ਜਾਏਗਾ ਸੋ ਇਹ ਕੋਈ ਸਮੇਂ ਨਹੀਂ ਆਈ ਕਿ ਸ਼ੁਕਰਵਾਲੇ ਵਾਲੀ ਕਾਨਫਰੰਸ ਨੇ ਅਜੇ ਕਿਹੜਾ ਫੈਸਲਾ ਲਿਆ ਉਹ ਡਿਬੇਟ ਵੀ ਜਿਹੜੀ ਸੀਗੀ ਉਹ ਕਿੱਥੇ ਵੀ ਕੇਂਦਰ ਦੇ ਵਿਰੁੱਧ ਨਹੀਂ ਸੀ ਕਿਸੇ ਵੀ ਸਪੀਕਰ ਨੇ ਇਹ ਨਹੀਂ ਕਿਹਾ ਕਿ ਇੰਦਰਾ ਗਾਂਧੀ ਨੇ ਕੋਰ ਅਨਿਆਇ ਕੀਤਾ ਪੰਜਾਬ ਦਾ ਇਹ ਬਹੁਤੇ ਲੀਡਰ ਅੰਦਰੋਂ ਕਾਣੇ ਹਨ ਅਕਾਲੀ ਦਲ ਦੇ ਲੀਡਰਾਂ ਨੇ ਵੀ ਨਹੀਂ ਕਿਹਾ ਕਿ ਇੰਦਰਾ ਗਾਂਧੀ ਦਾ ਆਪ ਉਦਰਾ ਫੈਸਲਾ ਸੀ ਕਿਉਂਕਿ ਉਹ ਵੀ ਅੰਦਰੋਂ ਕਾਣੇ ਹਨ ਹੁਣ 41 ਸਾਲ ਬਾਅਦ ਉਹਨਾਂ ਨੂੰ ਖਿਆਲ ਆਇਆ ਵੀ ਚਲੋ ਮਿਲ ਬੈਠੀਏ ਤੇ ਗੱਲ ਕਰੀਏ ਇਹੋ ਜਿਹਾ ਕਾਨਫਰੰਸਾਂ ਉਹ ਜਿਹਾ ਬੈਸਾ ਹੁੰਦੀਆਂ ਰਹਿੰਦੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਜੋ 도ਗਲੀ ਨੀਤੀ ਵਾਲੇ ਪਖੰਡੀ ਲੀਡਰ ਹਨ ਇਹ ਕੀ ਕਹਿੰਦੇ ਹਨ 45 ਸਾਲ ਬਾਅਦ ਸੈਮੀਨਾਰ ਹੋ ਰਿਹਾ ਹੈ ਔਰ ਮੇਰਾ ਇੱਕ ਸਵਾਲ ਹੈ ਪ੍ਰਗਟ ਸਿੰਘ ਜੀ ਨੂੰ ਇਹ ਮੰਤਰੀ ਵੀ ਰਹੇ ਹਨ ਅਮਰਿੰਦਰ ਦੀ ਸਰਕਾਰ ਵਿੱਚ ਇਹਨਾਂ ਨੇ ਜਦੋਂ ਸਰਕਾਰ ਚ ਮੰਤਰੀ ਸੀ ਕਦੋਂ ਕਿਹਾ ਪੰਜਾਬ ਨੂੰ ਪਾਣੀ ਨਹੀਂ ਦੇਣਾ ਹੁਣ ਉਹਨਾਂ ਦੀ ਪਾਰਟੀ ਅਕਾਲੀ ਸ਼ਰੋਮਣੀ ਅਕਾਲੀ ਦਲ ਲੋਕਾਂ ਵੱਲੋਂ ਰਿਜੈਕਟ ਕੀਤੀਆਂ ਹੋਈਆਂ ਪਾਰਟੀਆਂ ਹਨ ਔਰ ਇਹ ਜਿਹੜੀ ਪੁਰਾਣੀ ਲੀਡਰਸ਼ਿਪ ਸਾਡੇ ਸਿਰਾਂ ਉੱਪਰ ਜੰਮ ਕੇ ਬੈਠੀ ਹੈ ਪੰਜਾਬ ਦੇ ਲੋਕਾਂ ਤੇ ਇਸ ਵਿੱਚ ਤੋਂ ਹੁਣ ਜੇ ਇਹ ਕਹਿਦੀ ਏ ਕਿ ਇਹਨਾਂ ਅੰਦਰੋਂ ਤਾਂ ਹੁਣ ਬੂਹ ਉਠਣੀ ਸ਼ੁਰੂ ਹੋ ਗਈ ਹੈ ਇਹਨਾਂ ਦੀ ਜੋ ਪੰਜਾਬ ਪ੍ਰਤੀ ਇਹਨਾਂ ਦੀ ਵਚਨਬੱਧਤਾ ਕਿਥੇ ਨਜ਼ਰ ਨਹੀਂ ਆਂਦੀ ਇਨਾਂ ਦਾ ਆਸ਼ਾ ਤੇ ਇਹ ਹੈ ਕਿ ਸਾਡਾ ਰਾਜ ਹੋਵੇ ਰਾਜ ਦਾ ਮਤਲਬ ਕੀ ਹੁੰਦਾ ਹੈ ਕਿ ਸਰਕਾਰ ਦੇ ਉਹ ਵਸੀਲੇ ਜਿਨ੍ਹਾਂ ਰਾਹੀਂ ਲੋਕਾਂ ਨੂੰ ਲੁੱਟਣਾ ਜਾ ਸਕਦਾ ਹੈ ਉਹਨਾਂ ਉੱਪਰ ਕਬਜ਼ਾ ਹੋ ਜਾਏ ਸੋ ਦਿਨ ਰਾਤ ਇਹ ਲੁੱਟ ਕੇ ਤੇ ਅਮੀਰ ਹੁੰਦੇ ਜਾਣ ਅਤੇ ਲੋਕ ਗਰੀਬੋਂ ਗਰੀਬ ਹੁੰਦੇ ਜਾਣ ਕਿਸਾਨ ਸੁਇਸਾਈਡੀਆਂ ਕਮਿਟ ਕਰੀ ਜਾਣ ਔਰ ਪੰਜਾਬ ਚੋਂ ਕੈਂਸਰ ਦੀ ਗੱਡੀ ਜਾਏ ਔਰ ਜੋ ਹੁਣੇ-ਹੁਣੇ ਪੀਜੀਆਈ ਨੇ ਖੋਜ ਕੀਤੀ ਹੈ ਕਿ ਉਹਨਾਂ ਕੋਲ ਜਿਹੜੇ ਕੈਂਸਰ ਦੇ ਮਰੀਜ਼ ਆਂਦੇ ਹਨ ਹਿਮਾਚਲ ਹਰਿਆਣਾ ਜਾਂ ਹੋਰ ਸਟੇਟਾਂ ਤੋਂ ਸਭ ਤੋਂ ਜ਼ਿਆਦਾ ਗਿਣਤੀ ਪੰਜਾਬ ਦੇ ਰੋਗੀਆਂ ਦੀ ਹੈ ਕੈਂਸਰ ਦੇ ਰੋਗੀਆਂ ਦੀ ਪੰਜਾਬ ਦੀ ਧਰਤੀ ਵਿੱਚ ਕੀ ਪੈਦਾ ਹੋ ਰਿਹਾ ਇੱਕ ਪਾਸੇ ਨਸ਼ਾ ਚੱਲ ਰਿਹਾ ਹੈ ਇਹ ਸਾਰੇ ਲੀਡਰ ਕਦੀ ਵੀ ਇਹਨਾਂ ਨੇ ਬੈਠ ਕੇ ਇਕੱਠੀ ਨਸ਼ਾ ਰੋਕਣ ਲਈ ਕਦੀ ਡਿਸਕਸ਼ਨ ਨਹੀਂ ਕੀਤੀ ਕਿਉਂਕਿ ਸ਼ੁਰੂ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਤੋਂ 10 ਸਾਲ ਉਹਨਾਂ ਦਾ ਰਾਜ ਰਿਆ ਫਿਰ ਕੈਪਟਨ ਅਰਮਿੰਦਰ ਸਿੰਘ ਦਾ ਰਾਜ ਰਿਆ ਔਰ ਕੈਪਟਨ ਅਮਰਿੰਦਰ ਸਿੰਘ ਨੇ ਜਿਵੇਂ ਸੁਖਬੀਰ ਨੇ ਆਪਣਾ ਸੁਖ ਵਿਲਾਸ 5 ਸਟਾਰ 7 ਸਟਾਰ ਹੋਟਲ ਇਧਰ ਸੀਸਵਾ ਦੇ ਨੇੜੇ ਬਣਾਇਆ ਉਸੇ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਫੋਰੈਸਟ ਲੈਂਡ ਵਿੱਚੋਂ ਜ਼ਮੀਨ ਕੱਢ ਕੇ ਆਪਣਾ ਉਥੇ ਛੋਟਾ ਮੋਤੀ ਮਹਿਲ ਬਣਾ ਲਿਆ। ਔਰ ਸੁਖਬੀਰ ਨੇ ਜਦ ਪੰਜਾਬ ਕੋਲ ਮੌਲੀ ਵਿੱਚ ক্রিকেট ਸਟੇਡੀਅਮ ਹੈ ਜੋ ਇੰਟਰਨੈਸ਼ਨਲ ਸਟੈਂਡਰਡ ਦਾ ਹੈ ਤਾਂ ਆਪਣੇ ਹੋਟਲ ਦੇ ਨੇੜੇ ਇੱਕ ক্রিকেট ਸਟੇਡੀਅਮ ਵੀ ਪੰਜਾਬ ਵੱਲੋਂ ਬਣ ਰਿਹਾ। ਉਹਦਾ ਪਰਪਸ ਇਹ ਹੈ ਕਿ ਟੀਮਾਂ ਬਾਹਰੋਂ ਆਣ ਗਿਆ ਤੇ ਟੀਮਾਂ ਉਥੇ ਠਹਿਰਾ ਕਰਨ ਗਿਆ ਹੋਟਲ ਹੁਣ ਉਹਨਾਂ ਨੇ ਕਿਰਾਏ ਤੇ ਦੇ ਦਿੱਤਾ। ਉਹ ਰਾਇ ਜਿਹੜੀ ਦਿੱਲੀ ਦੀ ਵੱਡੀ ਕੰਪਨੀ ਆ ਹੋਟਲ ਚਲਾਉਂਦੀ ਹੈ। ਸੋ ਸਾਨੂੰ ਇਹ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੀ ਕੱਲ ਬੈਠਕ ਹੋਈ ਹੈ ਇਹ ਨਿਰਾਰਥਕ ਹੈ ਇਹਦੇ ਵਿੱਚ ਆਏ ਵਿਦਵਾਨ ਚੰਗੀ ਨiyet ਨਾਲ ਵੀ ਗਏ ਸੀ ਕਿਉਂਕਿ ਮジョਰਿਟੀ ਉੱਥੇ ਉਹਨਾਂ ਲੋਕਾਂ ਦੀ ਸੀ ਜਿਨ੍ਹਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ ਪੰਜਾਬ ਨਾਲ ਤ੍ਰੋਹ ਕਮਾਇਆ ਸੋ ਸਾਨੂੰ ਅਜਿਹਿਆਂ ਜਿਹੜੀਆਂ ਸਾਜ਼ਿਸ਼ਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਤੇ ਸਾਨੂੰ ਆਸ ਹੈ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਅਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰੋਗੇ ਕਿਉਂਕਿ ਇਸ ਕਾਨਫਰੰਸ ਨੇ ਤੇ ਉਹੀ ਗੱਲ ਕਹੀ ਹੈ ਜੋ ਸਾਰੀ ਦੁਨੀਆ ਕਹਿੰਦੀ ਹੈ ਕਿ ਪਾਣੀਆਂ ਦੀ ਵੰਡ ਜਿਹੜੀ ਹੈ ਉਹ ਰਿਪੇਰੀਅਨ ਫਾਰਮੂਲੇ ਅਨੁਸਾਰ ਹੋਣੀ ਚਾਹੀਦੀ ਹੈ ਪਾਣੀ ਤੇ ਵੰਡਿਆ ਜਾ ਚੁੱਕਾ ਹੈ ਪੰਜਾਬ ਕੋਲ ਹੁਣ ਪਾਣੀ ਹੈ ਨਹੀਂ ਧਰਤੀ ਅਠੋਂ ਪਾਣੀ ਮੁੱਕ ਰਿਹਾ ਨਹਿਰਾਂ 'ਚ ਪਾਣੀ ਆ ਨਹੀਂ ਰਿਹਾ ਉੱਪਰੋਂ ਗਲੇਸ਼ੀਅਰ ਜਿਹੜੇ ਨੂੰ ਸੁੱਕ ਰਹੇ ਨੇ এনवायरमेंट ਦੀ ਪ੍ਰੋਬਲਮ ਹੈ ਉੱਪਰੋਂ ਪਾਣੀ ਆ ਨਹੀਂ ਰਿਹਾ ਦਰਿਆਵਾਂ 'ਚ ਆ ਨਹੀਂ ਰਿਹਾ ਦਰਿਆ ਸੁੱਕੇ ਪਏ ਹਨ ਪਰ ਹਰਿਆਣੇ ਨੂੰ ਪਾਣੀ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਇਹ ਇੰਦਰਾ ਗਾਂਧੀ ਦੀ ਬੜੀ ਵੱਡੀ ਇੱਛਾ ਸੀ ਖਾਇ ਸੀ ਕਿ ਹਰਿਆਣੇ ਨੂੰ ਉਹ ਹਰ ਪੰਜਾਬ ਤੋਂ ਚੀਜ਼ ਖੋ ਕੇ ਦੇ ਔਰ ਉਹਨੇ ਦਿੱਤੀ ਔਰ ਇਹ ਜੋ ਲੀਡਰ ਕੱਲ ਇੱਥੇ ਪੋਲੀਟੀਕਲ ਗੱਲਬਾਤ ਕਰ ਰਹੇ ਸਨ ਇਨਾਂ ਦਾ ਕੋਈ ਪੰਜਾਬ ਪ੍ਰਤੀ ਸਨੇਹ ਨਹੀਂ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਇਸ ਕਰਕੇ ਜਿਹੜੀ ਸ਼ੁੱਕਰਵਾਰ ਨੂੰ ਕਾਨਫਰੰਸ ਹੋਈ ਹੈ ਉਸ ਦਾ ਮੁੱਖ ਉਦੇਸ਼ ਜੋ ਸੀਗਾ ਕਿ ਮੁੱਖ ਮੰਤਰੀ ਵੱਲੋਂ ਜਿਹੜੀ ਕਾਨਫਰੰਸ ਕੀਤੀ ਜਾ ਰਹੀ ਹੈ ਪਹਿਲੇ ਨਵੰਬਰ ਨੂੰ PAU ਉਸ ਦਾ ਪ੍ਰਭਾਵ ਖਤਮ ਕੀਤਾ ਜਾਏ ਉਸ ਦਾ ਜਿਹੜੀ ਇਹ ਅਸਰ ਹੀ ਨਾ ਰਹਿਣ ਦਿੱਤਾ ਜਾਏ ਪਹਿਲੇ ਹੀ ਚਰਚਾ ਕਰ ਲੋ ਤੇ ਉਹ ਪਹਿਲੇ ਚਰਚਾ ਵਿੱਚ ਇਹਨਾਂ ਨੂੰ ਕੋਈ ਨਿਚੋੜ ਕੱਢ ਕੇ ਨਹੀਂ ਦੇ ਸਕੇ ਪੰਜਾਬ ਨੂੰ ਕਿ ਇਹ ਕੀ ਸ਼ੇਧ ਕਰਨਗੇ ਤੇ ਕੀ ਕਰ ਸਕਦੇ ਹਾਂ ਇਹਨਾਂ ਗੱਲਾਂ ਨਾਲ ਮੈਂ ਇਸ ਨੂੰ ਖਤਮ ਕਰਨ ਤੋਂ ਪਹਿਲੇ ਤੁਹਾਨੂੰ ਉਹਨਾਂ ਲੀਡਰਾਂ ਦੇ ਨਾਂ ਦੱਸਣਾ ਚਾਹਨਾ ਜਿਨ੍ਹਾਂ ਨੇ ਇਸ ਜਿਹੜੀ ਕਾਨਫਰੰਸ ਹੈ ਉਹਦੇ ਵਿੱਚ ਹਿੱਸਾ ਲਿਆ ਹੈ ਉਹਦੇ ਵਿੱਚ ਹਨ ਵਿਕਰਮਜੀਤ ਸਿੰਘ ਮੇਢੀਠਿਆ ਔਰ ਉਹਦੇ ਵਿੱਚ ਹਨ ਬਲਵੰਤ ਸਿੰਘ ਰਾਮੂ ਵਾਲੀਆ ਉਹਦੇ ਵਿੱਚ ਹਨ ਚਰਨਜੀਤ ਸਿੰਘ ਚੰਨੀ ਮੁਹੰਮਦ ਸਦੀਕ ਐਮਪੀ ਗੁਰਦੇਵ ਸਿੰਘ ਜੋ ਸਾਬਕਾ ਆਈਐਸ ਅਫਸਰ ਹਨ ਔਰ ਸਿਮਰਨਜੀਤ ਸਿੰਘ ਮਾਨ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਇਸੇ ਤਰ੍ਹਾਂ ਦੇ ਜਾਨੀ ਡਾਕਟਰ ਚੀਮਾ ਅਕਾਲੀ ਦਲ ਦੇ ਉਹ ਤੁਸੀਂ ਇਦਾਂ ਦੇ ਕੁਝ ਹੋਰ ਲੋਗਾਂ ਨੇ ਕੁਝ ਵਕੀਲ ਵੀ ਸੀ ਵਿਦਵਾਨ ਵੀ ਸੀ ਸਕਾਲਰ ਵੀ ਸੀ ਉਹਨਾਂ ਬਾਰੇ ਮੈਂ ਕੋਈ ਦੱਸਣਾ ਬਹੁਤਾ ਉਹ ਨਹੀਂ ਸਮਝਾ ਉਹਦੇ ਦੋ ਜਰਨਲ ਵੀ ਸੀਗੇ ਜਰਨਲਿਸਟ ਸੁਖਦੇਵ ਸਿੰਘ ਸੀਗੇ ਸੋ ਇਹ ਸਾਰਾ ਕੁਝ ਦੱਸਣ ਦਾ ਮੇਰਾ ਮਨੋਰਥ ਸਿਰਫ ਇਹ ਹੈ ਕਿ ਕਿਵੇਂ ਪੰਜਾਬ ਵਿੱਚ ਜੇ ਕੋਈ ਉਦਮ ਕੀਤਾ ਜਾਂਦਾ ਹੈ ਤਾਂ ਉਸ ਨੂੰ ਕਾਉਂਟਰ ਕਰਕੇ ਡਿলিউਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਤਿ ਸ੍ਰੀ ਅਕਾਲ